ਤੂੰ ਤਾਰ ਦਾ ਟੋਟਾ ਸੜਿਆ ਤੇ ਪਤਾ ਨਹੀਂ ਕਿਡੇ ਉੱਡ ਗਈ ਹੈ ਕਿਹੜਾ, ਇੱਥੇ ਨਜ਼ਰ ਹੀ ਨਹੀਂ ਆਇਆ ਹੁਣ ਕਿਹੜਾ ਵੱਲ ਤਾਰ ਕੱਪ ਕੁੱਪ ਕੇ ਲੈ ਆਇਆ ਛੋਟਾ ਜਿਹਾ ਟੋਟਾ। ਅਸਲਾਮ ਵਾਲੇਕੁਮ, ਮੈਂ ਜਹਾਂਜ਼ੇਬ ਅਤੇ ਤੁਸਾਂ ਨੇ ਪਿਆ ਮੇਰਾ ਯੂਟਿਊਬ ਚੈਨਲ ਜਹਾਂਜ਼ੇਬ ਮੁਲਤਾਨੀ। ਇੱਕ ਨਵੀਂ ਵੀਡੀਓ ਤੁਹਾਨੂੰ ਖੁਸ਼ ਆਮਦੇ ਦਾਦਾ। ਕੁਝ ਦਿਨ ਪਹਿਲੇ ਨਾ ਸਾਡੇ ਕਰੀਬੀ ਰਿਸ਼ਤੇਦਾਰ ਹਨ ਅਤੇ ਨਾਲ ਹਮਸਾਏ ਵੀ, ਇਹਨੂੰ ਦੀ ਡੈਥ ਹੋ ਗਈ ਆਈ ਅਤੇ ਅੱਜ ਹੁੰਦੀ ਹੈ ਕੁਲਖਾਨੀ, ਅਤੇ ਹੁਣੇ ਮੈਂ ਉਡਾਈ 10 ਵਜੇ ਕੁਲਖਾਨੀ ਹੈ ਅਤੇ ਸਵੇਰ ਥੀ ਗਈ ਹੈ। ਉਸ ਤੋਂ ਬਾਅਦ ਹੁਣ ਕੁਲਖਾਨੀ ਤੇ ਬਹਿਣੇ ਵੱਲ ਦੋ ਚਾਰ ਕੰਮ ਬਹਿਣ ਸਰ ਆਉਂਦੇ ਹਨ, ਕੁਲਖਾਨੀ ਤੋਂ ਵਾਪਸ ਆਤੇ ਇਨਸ਼ਾਅੱਲਾ ਓਕਰੇ ਸੂ। ਹੁਣ ਮੈਂ ਤਾਂ ਪਿਆ ਕੁਲਖਾਨੀ ਤੇ, ਕਿੱਥੇ ਨਾਲ ਪਹਿਲੇ ਤਾਂ ਸਾਡੇ ਕਰੀਬ ਰਿਸ਼ਤੇਦਾਰ ਹਨ ਅਤੇ ਉਸ ਤੋਂ ਬਾਅਦ ਵੱਲ ਹਮਸਾਏ ਵੀ ਹਨ ਅਤੇ ਉੱਥੇ ਕੁਲਖਾਨੀ ਹੈ 10 ਵਜੇ ਅਤੇ ਹੁਣ ਮੈਂ ਤਾਂ ਪਿਆ ਉਥਾਂ ਹੀ 10 ਹੀ ਵਜਣ ਵਾਲੀ ਹੈ ਅਤੇ ਹੁਣ ਜਲਦੀ ਜਲਦੀ ਪਹੁੰਚਦਾ ਉਥਾਂ ਹੀ, ਲੇਟ ਪਹਿਲੇ ਤਾਂ ਹੀ ਖੜੀ ਹੈ, ਆਵਾਜ਼ ਪਾਉਂਦੇ ਚੱਲਦੀ ਪਈ ਹੈ। ਹੁਣ ਥੋੜ੍ਹੀ ਦੇਰ ਪਹਿਲਾਂ ਥੋੜ੍ਹੀ ਥੋੜ੍ਹੀ ਕਣੀਆਂ ਵੀ ਆਈਆਂ, ਭਾਰੇ ਦੀਆਂ ਕਣੀਆਂ ਜਾਂਦੀਆਂ ਪਈਆਂ ਹਨ ਅਤੇ ਵੀਰ ਅੱਜ ਬਾਰਿਸ਼ ਆਈ ਹੈ ਅਤੇ ਸਪਾਰਕਿੰਗ ਨਹੀਂ ਥਈ ਹੋ ਸੀ, ਅਤੇ ਤੂੰ ਤਾਰ ਦਾ ਟੋਟਾ ਸੜਿਆ ਤੇ ਪਤਾ ਨਹੀਂ ਕਿਡੇ ਉੱਡ ਗਈ ਹੈ ਕਿਹੜਾ, ਇੱਥੇ ਨਜ਼ਰ ਹੀ ਨਹੀਂ ਆਇਆ ਹੁਣ ਕਿਹੜਾ ਵੱਲ ਤਾਰ ਕੱਪ ਕੁੱਪ ਕੇ ਲੈ ਆਇਆ ਛੋਟਾ ਜਿਹਾ ਟੋਟਾ। ਇਹਦੇ ਨਾਲ ਵੀ ਤਾਰ ਬਹਿਰ ਪਤਾ ਕਿਤੇ ਨਹੀਂ ਜਾ ਰਹੇ, ਰੋਲਦੀ ਰਹੀ ਹੈ ਕਿਤੇ ਬਹਿਰ ਜੋੜ ਤੇ ਨਹੀਂ ਰਹੇ ਕਿਤੇ ਬਹਿਰ ਉਹ ਮੀਟਰ ਬੋਲੋ। ਹਾਂ ਉਹ ਤਾਂ ਬਹੁਤ ਸਾਰੀ ਤਾਰ ਹੈ, ਜਿਹੜੀ ਮਸ਼ੀਨ ਪਈ ਆਈ ਨਾ ਉਹ ਬੁਲਾਇਆ ਜਾਣ ਅਤੇ ਉਹ ਤਾਂ ਉਵੇਂ ਰੁਲਦੀ ਰਹੀ ਹੈ, ਉਹ ਪਤਾ ਨਹੀਂ ਗਈ ਕਿਡੇ ਵੱਲ ਰੁਲਦੀ ਰਹੀ ਹੈ ਤਾਰ ਘਰ ਚਾਹ ਹੀ ਨਹੀਂ। ਹਾਂ ਹੁਣ ਤਾਰ ਇੱਕ ਹੋਰ ਨਾ ਇਹ ਇੱਥੋਂ ਇਹਦੇ ਨਾਲ ਰਲਾਵਣੀ ਹੈ, ਇਹ ਪੇਜ ਦਾ ਦੂਜਾ ਸਿਰਾ ਅਤੇ ਉਹ ਉਹਦੇ ਨਾਲ ਰਲਾਵਣੀ ਹੈ, ਇੱਥੋਂ ਵਾਲੀ ਕੁੱਛੀ ਗੈਸ ਹੋਏ ਤਾਰ ਥੱਲੇ ਪਈ ਹੈ ਅਤੇ ਵੱਲ ਇੱਕ ਟੇਪ ਪਹਿਲੇ ਪਰਲੀ ਕੋ ਲਾ ਨਾ ਲਵੇ ਇਹ ਕਿਵੇਂ ਵੱਖਰੀ ਵੱਲ ਟੇਪ ਹੈ ਹੀ ਕੋਈ ਨਾ। ਅੱਛਾ ਟੇਪ ਮੰਗਾਈਨੇ ਵੱਲ ਘਰ ਸ਼ਾਇਦ ਪਈ ਹੈ ਹੀ। ਇੱਥੇ ਆਈ ਕਰਨਾ ਆਪਣੀ ਵੀਡੀਓ ਦੇਖਦਾ ਤਾਂ ਉਮੀਦ ਕਰਨਾ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਚੰਗੀ ਲੱਗੀ ਹੋ ਸੀ। ਮਿਲ ਸੂ ਇੱਕ ਨਵੀਂ ਵੀਡੀਓ, ਤਬ ਤੱਕ ਅੱਲਾਹ ਹਾਫਿਜ਼।